ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਹੈ ਸ਼ੀਸ਼ਾ ਲੇਖਕ ਗੁਰਦੇਵ ਸਿੰਘ ਰਪਾਣਾ ਉਹ ਪਤਲਾ ਤੰਦਰੁਸਤ ਸਰੀਰ ਵਾਲਾ 24-25 ਸਾਲ ਦਾ ਜਵਾਨ ਸੀ ਚਿਹਰੇ ਦਾ ਰੰਗ ਤਾਂਬੇ ਵਰਗਾ ਜਿਸ ਕਰਕੇ ਹੋਰ ਵੀ ਸੇਤਮੰਦ ਲੱਗਦਾ ਸੀ ਨਾਂ ਸੀ ਦਾਨੀ ਤੇ ਪੈਰਸ ਦਾ ਰਹਿਣ ਵਾਲਾ ਸੀ ਸਾਹਿਤ ਦਾ ਵਿਦਿਆਰਥੀ 20ਵੀਂ ਸਦੀ ਦਾ ਪੰਜਾਬੀ ਸਾਹਿਤ ਦਾ ਵਿਸ਼ਾ ਲੈ ਕੇ ਪੀ ਐਚ ਡੀ ਕਰ ਰਿਹਾ ਸੀ ਦਿੱਲੀ ਰਹਿ ਕੇ ਪੁਸਤਕਾਂ ਇਕੱਠੀਆਂ ਕਰਦਾ ਤੇ ਦਿੱਲੀ ਵਿੱਚ ਰਹਿੰਦੇ ਪੰਜਾਬੀ ਲੇਖਕਾਂ ਨੂੰ ਮਿਲਦਾ ਮੇਰੇ ਨਾਲ ਮੁਲਾਕਾਤ ਵੀ ਇਸੇ ਸਿਲਸਲੇ ਵਿੱਚ ਹੋਈ ਕਮਲ ਤੇ ਗੁਰਦੇਵ ਸਿੰਘ ਦੇ ਨਾਵਲ ਪੜ੍ਹਦਿਆਂ ਉਹਨੂੰ ਬਹੁਤ ਸਾਰੇ ਮਲਵਈ ਸ਼ਬਦਾਂ ਦੇ ਅਰਥ ਸਮਝਣਾ ਆਉਂਦੇ ਕਿਸੇ ਡਿਕਸ਼ਨਰੀ ਵਿੱਚੋਂ ਵੀ ਨਾ ਲੱਭਦੇ ਕਈ ਵਾਰ ਉਹ ਮੇਰੀ ਸਹਾਇਤਾ ਲੈ ਲੈਂਦਾ ਦੋਸਤਾਂ ਵਿੱਚ ਬੈਠੇ ਇੱਕ ਦਿਨ ਉਹਨੂੰ ਪਤਾ ਲੱਗਾ ਕਿ ਮੈਂ ਕੁਝ ਦਿਨਾਂ ਵਾਸਤੇ ਆਪਣੇ ਪਿੰਡ ਰੁਪਾਣਾ ਜਾ ਰਿਹਾ ਹਾਂ ਤਾਉ ਨੇ ਰੁਕ ਰੁਕ ਕੇ ਬੋਲਦਿਆਂ ਕਿਹਾ ਆਪ ਜੀ ਦੇ ਨਾਲ ਜੇ ਮੈਂ ਚੱਲਾਂ ਤਾਂ ਉਹ ਪੰਜਾਬ ਦੇ ਪਿੰਡ ਵੇਖਣਾ ਚਾਹੁੰਦਾ ਸੀ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ ਗੱਲਾਂ ਕਰਨਾ ਚਾਹੁੰਦਾ ਸੀ ਪਰ ਕਿਸੇ ਉੱਤੇ ਬੋਝ ਬਣਨ ਤੋਂ ਝਿਜਕ ਰਿਹਾ ਸੀ ਮੈਂ ਉਹਨੂੰ ਦੱਸਿਆ ਪਿੰਡ ਮੇਰੀ ਮਾਂ ਰਹਿੰਦੀ ਹੈ ਬੋਝ ਵਾਲੀ ਕੋਈ ਗੱਲ ਨਹੀਂ ਖਾਣ ਪੀਣ ਤੇ ਕੋਈ ਖਰਚਾ ਨਹੀਂ ਆਵੇਗਾ ਸਾਡਾ ਕਿਰਾਇਆ ਪਾੜਾ ਹੀ ਲੱਗੇਗਾ ਉਹ ਜ਼ਰੂਰ ਚੱਲੇ ਉਹਨੂੰ ਚਾ ਚੜ ਗਿਆ ਤੇ ਖੁਸ਼ੀ ਨਾਲ ਉਹਦਾ ਸਰੀਰ ਕੰਬ ਗਿਆ। ਅਗਲੇ ਦਿਨ ਅਸੀਂ ਦਿੱਲੀ ਫਿਰੋਜ਼ਪੁਰ ਵਾਲੀ ਬੱਸ ਵਿੱਚ ਸਵਾਰ ਹੋ ਗਏ। ਰਸਤੇ ਵਿੱਚ ਨਿੱਕੇ ਨਿੱਕੇ ਵੇਰਵੇ ਪੁੱਛ-ਪੁੱਛ ਕੇ ਉਹਨੇ ਮੇਰਾ ਦਿਮਾਗ ਪਾਛੇ ਛੱਡਿਆ। ਮੈਂ ਖੁਸ਼ੀ-ਖੁਸ਼ੀ ਦੱਸਦਾ ਰਿਹਾ। ਦੱਸਦਾ ਕੀ ਰਿਹਾ? ਆਪਣੇ ਲੋਕਾਂ ਦਾ ਗੁਣਗaan ਕਰਦਾ ਰਿਹਾ। ਹਰ ਗੱਲ ਨੂੰ ਲਿਸ਼ਕਾ ਕੇ, ਹਰ ਵੇਰਵੇ ਵਿੱਚੋਂ ਆਪਣੇ ਲੋਕਾਂ ਦੀ ਸਿਫਤ-ਸਲਾਹ ਲਾਉਂਦਾ ਰਿਹਾ। ਇਹ ਉਸਤਤ ਪੁਰਾਣਾ ਹੋਰ ਵੀ ਤਿੱਖਾ ਹੋ ਗਿਆ। ਜਦੋਂ ਬੱਸ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਗਈ ਪ੍ਰਸੰਸ਼ਾ ਕਰਦਾ ਮੈਂ ਉਤਸ਼ਾਹ ਨਾਲ ਨੱਕੋ-ਨੱਕ ਭਰਿਆ ਹੋਇਆ ਸੀ ਕਿਉਂਕਿ ਦਾਨੀ ਸਭ ਕੁਝ ਮੰਨਦਾ ਜਾ ਰਿਹਾ ਸੀ ਉਹਨੂੰ ਵਿਸ਼ਵਾਸ ਹੋ ਰਿਹਾ ਸੀ 3 ਵਜੇ ਅਸੀਂ ਪਿੰਡ ਪੁੱਜ ਗਏ ਅੱਡੇ ਤੋਂ ਪਹਿਲਾਂ ਅਸੀਂ ਸੂਵੇ ਦੇ ਪੁਲ ਉੱਤੇ ਉਤਰ ਗਏ ਸਾਡਾ ਘਰ ਪਿੰਡ ਦੇ ਦੂਜੇ ਪਾਸੇ ਹੈ ਅੱਡੇ ਤੋਂ ਉੱਤਰੀਏ ਤਾਂ ਸਾਰੇ ਪਿੰਡ ਵਿੱਚੋਂ ਦੀ ਲੰਘਣਾ ਪੈਂਦਾ ਹੈ ਸੋ ਚਾਈ ਪਰਦੇਸੀ ਬੰਦੇ ਨੂੰ ਵੇਖ ਕੇ ਲੋਕ ਅੱਖਾਂ ਪਾੜ-ਪਾੜ ਵੇਖਣਗੇ ਤੇ ਉਹਦੇ ਬਾਰੇ ਭਾਂਤ-ਭਾਂਤ ਦੇ ਸਵਾਲ ਕਰਨਗੇ ਉਸ ਸਮੇਂ ਮੈਂ ਇਤਨਾ ਥੱਕਿਆ ਹੋਇਆ ਸਾਂ ਕਿ ਹੋਰ ਬੋਲਣ ਦੇ ਰੋ ਵਿੱਚ ਨਹੀਂ ਸਾਂ ਪੌਲ ਉੱਤੋਂ ਖੜੋ ਕੇ ਦਾਨੀ ਨੇ ਵਾਲੇ ਦੁਆਲੇ ਵੇਖਿਆ ਫੇਰ ਰੁਕ-ਰੁਕ ਕੇ ਬੋਲਿਆ ਆਪ ਜੀ ਦੀ ਕਹਾਣੀ ਹਵਾ ਵਿੱਚ ਸ਼ੜਕ ਹੈ ਮੈਂ ਦੱਸਿਆ ਕਿ ਇਹਹੀ ਸ਼ੜਕ ਹੈ ਜਿਸ ਉੱਤੇ ਚੱਲਦਾ ਕਾਫਲਾ ਵੱਡਿਆ ਗਿਆ ਸੀ ਬੱਚੇ ਖੁਚੇ ਲੋਕ ਉਸ ਥਾਂ ਆ ਕੇ ਬੈਠੇ ਸਨ ਤੇ ਪੁਲ ਦੀ ਜੜ ਵਿੱਚੋਂ ਨਿਕਲਦੀ ਸੜਕ ਉਹ ਸਾਹਮਣੇ ਪਿੰਡ ਤਿੰਘਾਣੇ ਤੱਕ ਜਾਂਦੀ ਹੈ ਜਿੱਥੇ ਅੰਤ ਵਿੱਚ ਮਦਨ ਪਹੁੰਚਦਾ ਹੈ ਓਨੇ ਮੇਰਾ ਨਵਾਂ ਨਵਾਂ ਛਪਿਆ ਨਾਵਲ ਗੋਰੀ ਦੋ ਦਿਨ ਪਹਿਲਾਂ ਹੀ ਪੜਿਆ ਸੀ ਪੁੱਛਣ ਲੱਗਾ ਗੋਰੀ ਦੇਵ ਮਿੱਠੇ ਵੀ ਸੜਕ ਤੋਂ ਲੱਭਦੇ ਨੇ ਵੱਟੀਆਂ ਦਾਨੀ ਦੀਆਂ ਇਹਨਾਂ ਗੱਲਾਂ ਨੇ ਮੇਰੇ ਥੱਕੇਵਾਂ ਲਾ ਦਿੱਤਾ ਤੇ ਮੈਂ ਫੇਰ ਗੱਲਾਂ ਕਰਨ ਦੇ ਮੂਡ ਵਿੱਚ ਹੋ ਗਿਆ ਅਸੀਂ ਸੂਏ ਦੀ ਪਟੜੀ ਤੇ ਚੱਲਣ ਲੱਗੇ ਪਟੜੀ ਦੇ ਨਾਲ ਹੀ ਸੇਵੇ ਸਨ ਸੇਵਿਆਂ ਕੋਲੋਂ ਰਾਹ ਉੱਤਰ ਕੇ ਫਿਰਨੀ ਵਿੱਚ ਜਾ ਪੈਂਦਾ ਹੈ ਉੱਥੇ ਕਿਸੇ ਦਾ ਸਸਕਾਰ ਹੋ ਰਿਹਾ ਸੀ ਸੇਵੇ ਨੂੰ ਅੱਗ ਲੱਗ ਚੁੱਕੀ ਸੀ ਤੇ ਲਾਟਾਂ ਨਿਕਲ ਰਹੀਆਂ ਸਨ ਮੁਰਦੇ ਦੇ ਨਾਲ ਸਿਰਫ ਮਰਦ ਹੀ ਸਨ ਸੋਚਿਆ ਕੋਈ ਛੜਾ ਬੁੱਢਾ ਮਰ ਗਿਆ ਹੋਵੇਗਾ ਪਟੜੀ ਤੋਂ ਲੈ ਕੇ ਅਸੀਂ ਉਹਨਾਂ ਬੰਦਿਆਂ ਵਿੱਚ ਰਲ ਕੇ ਕਿਸੇ ਤੋਂ ਪਤਾ ਲੱਗਿਆ ਬੂੜਾ ਵੇਲੀ ਚੱਲ ਵਸਿਆ ਸੀ ਚਲੋ ਕਈ ਮੁੰਡਿਆਂ ਦੀ ਜ਼ਿੰਦਗੀ ਬਚ ਗਈ ਮੈਂ ਸੋਚਿਆ ਬੁੱਢਾ ਹੋਣ ਕਰਕੇ ਬੁੱਢਾ ਬੂੜਾ ਬਦਮਾਸ਼ੀ ਕਰਨ ਨੂੰ ਰਹਿ ਗਿਆ ਸੀ ਹੁਣ ਉਹ ਨਵੇਂ ਜਵਾਨ ਹੋ ਰਹੇ ਮੁੰਡਿਆਂ ਨੂੰ ਆਪਣੇ ਰਾਹ ਤੇ ਪਾਉਣ ਲੱਗ ਪਏ ਸੀ ਵੈਲੀ ਬਣਨ ਦੀਆਂ ਕਲਾਕਾਰੀਆਂ ਸਿਖਾਉਂਦਾ ਜਿਵੇਂ ਬੁੱਢੀ ਹੋ ਕੇ ਨਾਚੀ ਸਕੂਲ ਖੋਲ੍ਹ ਲੈਂਦੀ ਹੈ ਬੂੜੇ ਨੇ ਵੈਲੀ ਬਣਾਉਣ ਦਾ ਇੱਕ ਤਰ੍ਹਾਂ ਨਾਲ ਸਕੂਲ ਖੋਲ੍ਹ ਰੱਖਿਆ ਸੀ ਉਹਦੀ ਸਿੱਖਿਆ ਵਿੱਚ ਆ ਕੇ ਕਈ ਮੁੰਡੇ ਸਕੂਲ ਛੱਡ ਦਿੰਦੇ ਕੋਈ ਆਪਣੇ ਪਿਓ ਦੇ ਗਾਲ ਪੈ ਜਾਂਦਾ ਤੇ ਉਹਨੂੰ ਲੱਗਦਾ ਉਹਦੀ ਫੀਸ ਆ ਗਈ ਸੀ ਕਈ ਵਸ ਦੇ ਰਸ ਦੇ ਘਰ ਉਹਨੇ ਉਜਾੜੇ ਸਨ ਕਿਸੇ ਦਾ ਭਲਾ ਸੋਚਣਾ ਤਾਂ ਕੀ ਕਦੀ ਵਿਖਾਵੇ ਵਜੋਂ ਵੀ ਉਸ ਅਜੇ ਹਣੀ ਸੀ ਕੀਤਾ ਦੋ ਚਾਰ ਬੰਦਿਆਂ ਨੇ ਬਲਦੇ ਸਿਵੇ ਵਿੱਚ ਡੱਕੇ ਸੁੱਟੇ ਤੇ ਗੱਲੀ ਪੈ ਗਏ ਮੌਤ ਆਵੇ ਤਾਂ ਇਹੋ ਜੀ ਕੋਈ ਤਾਂ ਆਪਣੀ ਕੋਈ ਸਰਵਾ ਨਹੀਂ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ ਇੱਕ ਦਿਨ ਤਾਂ ਵੱਡੇ ਹੁੰਦੇ 5 ਮਿੰਟ ਨਹੀਂ ਹੋਇਆ ਇਹ ਤਾਂ ਜਿਵੇਂ ਕੋਈ ਬਾਲੇ ਪੁੰਨ ਕੀਤੇ ਹੋਣ ਹਾਂ ਜਿਵੇਂ ਬਾਲੇ ਪੁੰਨ ਕੀਤੇ ਹੋਣ ਕੋਈ ਤਕਲੀਫ ਨਹੀਂ ਹੋਈ ਦਾਨੀ ਨੇ ਮੈਨੂੰ ਪੁੰਨ ਬਾਰੇ ਪੁੱਛਿਆ ਫੇਰ ਪੁੱਛਿਆ ਮਰਨ ਵਾਲੇ ਨੇ ਬਹੁਤ ਪੁੰਨ ਕੀਤੇ ਸਨ ਇਸ ਕਰਕੇ ਲੋਕ ਆਖ ਰਹੇ ਸਨ ਸੰਖੇਪ ਵਿੱਚ ਤੇ ਧੀਮੀ ਆਵਾਜ਼ ਵਿੱਚ ਦਾਨੀ ਨੇ ਬੂੜੇ ਦੇ ਚਰਿੱਤਰ ਬਾਰੇ ਦੱਸਿਆ ਕੋਹਰ ਪਾਪੀ ਬਣ ਕੇ ਜਿਵੇਂ ਪੁੰਨ ਕੀਤੇ ਹੋਣ ਵਿਚ ਜਿਵੇਂ ਦੀ ਰਾਮ ਜੀ ਸਮਝਾਈ ਮੈਨੂੰ ਵੇਖ ਕੇ ਬੂੜੇ ਦਾ ਪੁੱਤਰ ਕੇਰੂ ਹੌਲੀ ਹੌਲੀ ਸਾਡੇ ਕੋਲ ਨੂੰ ਹੋ ਗਿਆ ਅਫਸੋਸ ਕਰਨ ਦੇ ਢੰਗ ਨਾਲ ਮੈਂ ਪੁੱਛ ਲਿਆ ਕੀ ਗੱਲ ਕੀ ਗੱਲ ਬਿਮਾਰ ਹੋ ਗਿਆ ਸੀ ਤਾਇਆ ਉਹ ਪਹਿਲਾਂ ਹੀ ਤਿਆਰ ਸੀ ਵਾਰ-ਵਾਰ ਦੱਸ ਕੇ ਉਹਦਾ ਚੰਗਾ ਅਬਿਆਸ ਹੋ ਚੁੱਕਿਆ ਸੀ ਇੱਕਦਮ ਸ਼ੁਰੂ ਹੋ ਗਿਆ ਕੋਈ ਬਿਮਾਰ ਨਹੀਂ ਸੀ ਚੰਗਾ ਭਲਾ ਸੀ ਤਾਪ ਵੀ ਨਹੀਂ ਚੜਿਆ ਨਾ ਜ਼ੁਕਾਮ ਨਾ ਬੁੱਲਾ ਚੰਗੀ ਭਲੀ ਰੋਟੀ ਖਾਦੀ ਵੱਡੀ ਰਾਤ ਤਾਈ ਮੁੰਡਿਆਂ ਨਾਲ ਧੂਏ ਤੇ ਬੈਠਾ ਰਹਾ ਚੰਗਾ ਭਲਾ ਉੱਠ ਕੇ ਆਇਆ ਆਪ ਹੀ ਬਾਹਰ ਬੰਦ ਆਪ ਹੀ ਬਾਰ ਬੰਦ ਕੀਤਾ ਕੁੰਡਾ ਲਾਇਆ ਸਵੇਰੇ ਮੈਂ ਚਾਹ ਦੀ ਗੜਵੀ ਦੇਣ ਗਿਆ ਆਵਾਜ਼ ਦਿੱਤੀ ਤਾਂ ਬੋਲਿਆ ਨਾ ਰਜਾਈ ਲਾ ਕੇ ਮੂੰਹ ਵੇਖਿਆ ਅੱਖਾਂ ਮੀਚੀਆਂ ਹੋਈਆਂ ਮੂੰਹ ਬੰਦ ਜਮਾ ਸੁੱਤਾ ਲੱਗਿਆ ਮਰੇ ਬੰਦੇ ਦੀਆਂ ਅੱਖਾਂ ਤੇ ਮੂੰਹ ਖੁੱਲਾ ਰਹਿ ਜਾਂਦਾ ਏ ਪਰ ਨਹੀਂ ਜਿਵੇਂ ਘੂਕ ਸੁੱਤਾ ਹੋਵੇ ਮੈਂ ਚਾਹ ਵਾਲੀ ਗੜਵੀ ਮੋੜ ਕੇ ਚੁੱਲ੍ਹੇ 'ਚ ਅੱਗ ਤੇ ਰੱਖ ਦਿੱਤੀ ਬਈ ਤੱਤੀ ਰਹੂ ਚਾਹ ਉਹਨੂੰ ਆਦਤ ਸੀ ਸਰਦੀ ਸਰਦੀ ਪੀਂਦਾ ਹੁੰਦਾ ਸੀ ਫੇਰ ਮੈਂ ਆਪਦੇ ਕੰਮ ਲੱਗ ਗਿਆ ਪਿੰਡ 'ਚ ਵੀ ਇੱਕ ਦੋ ਕੰਮਕਰ ਆਇਆ ਆ ਕੇ ਵੇਖਿਆ ਤਾਂ ਗੜਵੀ ਓਵੇਂ ਚੁੱਲ੍ਹੇ 'ਚ ਪਈ ਵੱਡੀਆਂ ਵੱਡੀਆਂ ਤੁਪਾਂ ਚੜਾਈਆਂ ਸਨ ਆਵਾਜ਼ਾਂ ਦਿੱਤੀਆਂ ਇੱਕ ਦੋ ਪਰ ਬੋਲਣਾ ਕੀ ਸੀ ਬਾਜ ਵਿੱਚ ਹੁੰਦੀ ਤਾਂ ਬੋਲਦਾ ਨਾ ਬੋਲਣ ਵਾਲੀ ਚੀਜ਼ ਤਾਂ ਉੱਡ ਗਈ ਸੀ ਰਜਾਈ ਲਾ ਕੇ ਮੂੰਹ ਨੰਗਾ ਕੀਤਾ ਬਾਹ ਫੜ ਕੇ ਹਲੂਣੀ ਤਾਂ ਠੰਡੀ ਬਰਫ਼ ਵਰਗੀ ਸੁੱਤੇ-ਸੁੱਤੇ ਦੇ ਪ੍ਰਾਣ-ਪੰਖੇਰੂ ਹੋ ਗਏ ਬਸ ਰੋਣ ਦੇ ਯਤਨ ਵਿੱਚ ਕੇਰੂ ਨੇ ਬੋਲ ਜਿਹਾ ਏਟੇਰੇ ਪਰ ਰੋਣ ਨਹੀਂ ਨਿਕਲਿਆ ਦੂਜੇ ਪਾਸੇ ਕੋਈ ਧਰਮ ਸਿੰਘ ਦੀ ਮੌਤ ਨੂੰ ਯਾਦ ਕਰ ਰਿਹਾ ਸੀ ਦਿਨ-ਰਾਤ ਭਜਨ ਬੰਦਗੀ ਕਰਨ ਵਾਲਾ ਨਿਤਨੇਮ ਪੰਜਾਬੀਆ ਬਾਨੀਆਂ ਦਾ ਪਾਠ ਕਰਨ ਵਿੱਚੋਂ ਮੂੰਹ ਝੂਠਾ ਕਰਦਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਸਭ ਤੋਂ ਪਹਿਲਾਂ ਪਹੁੰਚਦਾ ਕਿਸੇ ਦੇ ਕੰਡਾ ਵੱਜਿਆ ਧਰਮ ਸਿੰਘ ਤੋਂ ਜਰਨਾ ਹੁੰਦਾ ਪਰ ਮਰਿਆ ਵੇਖ ਲਓ ਕਿਵੇਂ 6 ਮਹੀਨੇ ਅਡੀਆਂ ਰਗੜ ਰਗੜ ਕੇ ਇੱਕ ਪਾਸਾ ਮਰ ਗਿਆ ਪਏ ਪਏ ਦਾ ਸਰੀਰ ਗਲ ਗਿਆ ਇੱਕ ਪਾਸੇ ਤੋਂ ਮੁਸ਼ਕ ਮਾਰਿਆ ਕਰੇ ਪਰ ਮੌਤ ਨੇ ਤਾਂ ਆਪਣੇ ਵਕਤ ਤੇ ਹੀ ਆਉਣਾ ਸੀ ਬਹੁਤ ਨਰਕ ਭੋਗਿਆ ਵਿਚਾਰੇ ਨੇ ਵੇਖ ਲਓ ਰੱਬ ਦੇ ਰੰਗ ਧਰਮ ਸਿੰਘ ਦੀ ਮੌਤ ਬਾਰੇ ਸਾਰਿਆਂ ਨੇ ਕੁਝ ਕਿਹਾ ਫੇਰ ਕੁਝ ਲੋਕ ਬੂੜੇ ਦੀ ਸੌਖੀ ਮੌਤ ਬਾਰੇ ਦੱਸਦੇ ਤੇ ਕੋਈ ਧਰਮ ਸਿੰਘ ਦੇ ਕਸ਼ਟਪ੍ਰੀ ਮੌਤ ਬਾਰੇ ਗੱਲਾਂ ਕਰਦੇ ਇੱਕ ਤਰ੍ਹਾਂ ਨਾਲ ਗੁਰਮਖ ਤੇ ਮਨਮੁਖ ਦੀ ਮੌਤ ਦਾ ਮੁਕਾਬਲਾ ਹੋਣ ਲੱਗ ਪਿਆ ਪੁੰਨ ਕਰਨ ਵਾਲਾ ਕਿੰਨਾ ਦੁਖੀ ਹੋ ਕੇ ਮਰਿਆ ਤੇ ਪਾਪੀ ਦੀ ਮੌਤ ਕਿੰਨੀ ਸੁਖਾਲੀ ਸੀ ਧਰਮ ਸਿੰਘ ਬਾਰੇ ਕਹਿ ਰਹੇ ਸਨ ਕਿੰਨੇ ਪੁੰਨ ਕੀਤੇ ਸੀ ਅਤੇ ਬੂੜੇ ਬਾਰੇ ਜਿਵੇਂ ਪੁੰਨ ਕੀਤੇ ਹੋਣ ਪੁੰਨ ਨਾ ਕੀਤੇ ਹੋਣ ਕੇਰੂ ਦੀ ਹਾਲਤ ਬੜੀ ਤਰਸਯੋਗ ਸੀ ਉਹਦੇ ਪਿਓ ਦੀ ਸੁਖੀ ਮੌਤ ਲੋਕਾਂ ਨੂੰ ਚੁਬ ਰਹੀ ਸੀ ਐਸੀ ਮੋਦੀ ਦੀ ਵੀ ਉਹਨੂੰ ਯੋਗ ਨਹੀਂ ਸਮਝ ਰਹੇ ਸਨ ਉਹਨੇ ਖੇਸ ਦੀ ਬੁੱਕਲ ਮਾਰ ਲਈ ਤੇ ਐਉਂ ਖੜਾ ਹੋ ਗਿਆ ਜਿਵੇਂ ਐਲਾਨ ਕਰਨਾ ਹੋਵੇ ਅਸਲ 'ਚੋਂ ਪੁੰਨ ਤਾਰ ਗਿਆ ਬਾਪੂ ਨੂੰ ਉਹ ਸੁਪਕਾਰ ਨੇ ਸਹਾਇਤਾ ਕੀਤੀ ਉਹਦੀ ਚੇਰੂ ਨੇ ਕਿਹਾ ਤੇ ਲੋਕਾਂ ਦੇ ਚਿਹਰਿਆਂ ਵੱਲ ਵੇਖਣ ਲੱਗਾ ਸਾਰੇ ਚੁੱਪ ਹੋ ਗਏ ਜਿਵੇਂ ਯਾਦ ਕਰਦੇ ਹੋਣ ਕਿਹੜਾ ਅਪਕਾਰ ਸੀ ਜੋ ਲੋਕਾਂ ਤੋਂ ਚੋਰੀ-ਚੋਰੀ ਬੂੜੇ ਨੇ ਕਰ ਦਿੱਤਾ ਸੀ ਜੈਸ ਨੇ ਉਹਦੀ ਮੌਤ ਇਤਨੀ ਆਸਾਨ ਕਰ ਦਿੱਤੀ ਇਥੋਂ ਦੀ ਕਾਫਲਾ ਲੰਘਿਆ ਸੀ ਰੋਲੇ ਵੇਲੇ ਕੇਰੂ ਨੇ ਦੱਸਿਆ ਤੀ ਦੁੱਧ ਪੀਂਦੇ ਬੱਚਿਆਂ ਦੀ ਮੁਕਤੀ ਕੀਤੀ ਸੀ ਬਾਪੂ ਨੇ ਉਹੀ ਪੁੰਨ ਤਾਰ ਗਿਆ ਦੇਸ਼ ਦੀ ਵੰਡ ਸਮੇ 1947 ਵਿੱਚ ਪਿੰਡ ਵਿੱਚੋਂ ਲੰਘਦੀ ਸੜਕ ਸੜਕ ਉੱਤੋਂ ਦੀ 15-20 ਮੀਲ ਲੰਮਾ ਕਾਫਲਾ ਲੰਘਿਆ ਲੁਟੇਰੇ ਤੇ ਢਾਵੀ ਕਾਫਲੇ ਦੇ ਪਿੱਛੋਂ ਥੋੜੇ ਕੋ ਬੰਦਿਆਂ ਨੂੰ ਵੱਖ ਕਰ ਲੈਂਦੇ ਲੋਟ ਮਾਰ ਕਰਦੇ ਮਰਦਾਂ ਤੇ ਬੁੱਢੀਆਂ ਔਰਤਾਂ ਨੂੰ ਮਾਰ ਦਿੰਦੇ ਜਵਾਨ ਤੀਵੀਆਂ ਨੂੰ ਉਦਾਲਕੇ ਲੈ ਜਾਂਦੇ ਫੇਰ ਹੋਰ ਤੜਾਵੀਆਂ ਜਾਂਦੇ ਇਹ ਸਿਲਸਿਲਾ ਚੱਲਦਾ ਰਿਹਾ ਪਿੱਛੋਂ ਕਾਫਲਾ ਵੱਡੇ ਵੱਡੇ ਜਾ ਰਿਹਾ ਸੀ ਅੱਗੇੋਂ ਤੁਰ ਰਿਹਾ ਸੀ ਸੜਕ ਲਾਸ਼ਾਂ ਨਾਲ ਭਰ ਗਈ ਬਿਮਾਰੀ ਫੈਲਣ ਦੇ ਡਰ ਤੋਂ ਅਗਲੇ ਦਿਨ ਲਾਸ਼ਾਂ ਸਮੇਟਣ ਲੱਗੇ ਤਾਂ ਪਿੰਡ ਦੀ ਜੂ ਵਿੱਚ ਕੋਈ ਦੁੱਧ ਪੀਂਦੇ ਬੱਚੇ ਜਿਉਂਦੇ ਲੱਭੇ ਪਿੰਡ ਵਾਲਿਆਂ ਉਹਨਾਂ ਨੂੰ ਧਰਮਸ਼ਾਲਾ ਲੈ ਗਏ ਕੌਣ ਚਿੰਤਾ ਬਣੀ ਕਿ ਇਹਨਾਂ ਬੱਚਿਆਂ ਦਾ ਕੀਤਾ ਕੀ ਜਾਏ ਕੁਝ ਬੱਚੇ ਵਾਲੇ ਦਿਵਾਲੇ ਦੇ ਪਿੰਡਾਂ ਦੇ ਲੋਕ ਲੈ ਗਏ ਫੇਰ ਵੀ 30 ਬੱਚੇ ਰਹਿ ਗਏ ਜਿਨ੍ਹਾਂ ਦੀ ਉਮਰ ਕੁਝ ਮਹੀਨਿਆਂ ਦੀ ਸੀ 5-7 ਦਿਨਾਂ ਵਿੱਚ ਹੀ ਪਿੰਡ ਵਾਲੇ ਦੁਖੀ ਹੋ ਗਏ ਕੌਣ ਸੰਭਾਲੇ ਬੇਗਾਨੇ ਬੱਚਿਆਂ ਨੂੰ ਬੰਦੇ ਦਾ ਬੱਚਾ ਪਾਲਣ ਕੋਈ ਖੇਲ ਨਹੀਂ ਵਿਚਾਰ ਹੋਣ ਲੱਗੀ ਕੋਈ ਕਹੇ ਪਾਕਿਸਤਾਨ ਛੱਡ ਆਈਏ ਕੋਈ ਕਿਸੇ ਯਤੀਮ ਘਰ ਨੇ ਦੀ ਗੱਲ ਕਰਦਾ ਪਰ ਛੱਡ ਕੇ ਕੌਣ ਆਵੇ ਖਤਰਨਾਕ ਹਾਲਾਤ ਵਿੱਚ ਕੋਈ ਜਾਣ ਖਤਰ ਜਾਣ ਖਤਰੇ ਵਿੱਚ ਪਾਉਣ ਨੂੰ ਤਿਆਰ ਨਹੀਂ ਸੀ ਪਰਮੋਕਤੀ ਕਰੋ ਵਿਚਾਰਿਆਂ ਦੀ ਪਾਕਿਸਤਾਨ ਚ ਕੌਣ ਇਹਨਾਂ ਵਾਸਤੇ ਪੂੜੇ ਲਈ ਬੈਠਾ ਬੂੜੇ ਨੇ ਸਲਾਹ ਦਿੱਤੀ ਇਹਨੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਮਾਰੇਗਾ ਕੌਣ ਕੋਈ ਨਹੀਂ ਮਾਰ ਸਕਦਾ ਜੇ ਕੋਈ ਮਾਰ ਸਕਦਾ ਹੁੰਦਾ ਤਾਂ ਉਹ ਹੀ ਨਾ ਮਾਰ ਜਾਂਦੇ ਜਿਨ੍ਹਾਂ ਨੇ ਬਾਕੀ ਕਾਫਲਾ ਵੱਡਿਆ ਸੀ ਜਿਹੜੇ ਇਹਨਾਂ ਦੀਆਂ ਮਾਵਾਂ ਨੂੰ ਲੈ ਗਏ ਸਨ ਇਸ ਖਿਆਲ ਨਾਲ ਹੀ ਲੋਕਾਂ ਦਾ ਦਿਲ ਦੇਹਲ ਜਾਂਦਾ ਲਿਆਓ ਮੈਂ ਕਰਦਾ ਇਹ ਪੁੱਣ ਅੰਤ ਨੂੰ ਬੂੜੇ ਨੇ ਕਿਹਾ ਇਹਨਾਂ ਦਾ ਕੀ ਏ ਇੱਕ 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 ਟੱਕ ਦੀ ਮਾਰ ਐ ਵਿਚਾਰੇ ساری ਉਮਰ ਰੋਲ ਦੇ ਫਿਰਨਗੇ ਮਹਾ ਮਿਟਰੇ ਬੂੜਾ ਬੱਚਿਆਂ ਨੂੰ ਸੂਏ ਤੇ ਲੈ ਗਿਆ ਤੇ ਇੱਕ ਇੱਕ ਟੱਕ ਲਾ ਕੇ ਸੂਏ ਵਿੱਚ ਸੁੱਟ ਦਿੱਤੇ ਇਹ ਪੁੱਣ ਸੀ ਕੇਰੂ ਦੇ ਦੱਸਣ ਅਨੁਸਾਰ ਜਿਸ ਨੇ ਉਹਦੇ ਬਾਪੂ ਦੀ ਮੌਤ ਸੌਖੀ ਕਰ ਦਿੱਤੀ ਸੀ ਕੇਰੂ ਦੀ ਜੁਬਾਨੀ ਸੁਣ ਕੇ ਦਾਨੀ ਨੂੰ ਗੱਲ ਪੂਰੀ ਤਰ੍ਹਾਂ ਸਮਝਣਾ ਪਈ ਮੇਰੇ ਕੋਲੋਂ ਦੁਬਾਰਾ ਸੁਣੀ ਆਪ ਜੀ ਨੇ ਵੇਖਿਆ ਸੀ ਦਾਨੀ ਨੇ ਕੇਰੂ ਨੂੰ ਪੁੱਛਿਆ ਕੇਰੂ ਨੂੰ ਜਦ ਪਤਾ ਲੱਗਿਆ ਕਿ ਪੁੱਛਣ ਵਾਲਾ ਪਰਦੇਸੀ ਹੈ ਉਹਨੇ ਪਰਦੇਸੀਆਂ ਨੂੰ ਸਮਝਾਉਣ ਵਾਲੇ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਹਾਂ ਹਮ ਕੋ ਦੇਖਿਆ ਸੀ ਹਮ 13 ਬਰਸ ਕਾ ਸੀ ਉਸ ਟਾਈਮ ਗੱਡੇ ਉੱਪਰ ਲਾਦ ਕੇ ਲੈ ਗਏ ਥੇ ਹਮ ਬੱਚਿਆਂ ਕੋ ਕਿੰਨੇ ਵੱਡੇ ਸਨ ਬੱਚੇ ਦਾਨੀ ਨੇ ਪੁੱਛਿਆ ਨੀਕੇ ਨੀਕੇ تھے ਕੇਰੂ ਨੇ ਦੋਵੇਂ ਹੱਥਾਂ ਵਿੱਚ ਵਿੱਥ ਕਰਕੇ ਬੱਚਿਆਂ ਦਾ ਆਕਾਰ ਦੱਸੇ ਇਤਨੇ ਇਤਨੇ ਦੁੱਧ ਪੀਂਦੇ ਇਹੀ ਪੁੰਨ ਨੇ ਤਾਰ ਦਿੱਤਾ ਤਲਵਾਰ ਨਾਲ ਕੱਟ ਦਿੱਤੇ ਆਪ ਕੇਰੂ ਨੇ ਹੱਥ ਦੇ ਹੱਥ ਦੀ ਤਲਵਾਰ ਬਣਾ ਕੇ ਉੱਪਰ ਥੱਲੇ ਵਾਰ ਕਰਨ ਵਾਂਗ ਕੀਤਾ ਬਸ ਇੱਕ ਟੱਕ ਔਰ ਸਿਰ ਅੱਡ ਦਾਨੀ ਦਾ ਜਿਸਮ ਤੜ-ਤੜੀ ਨਾਲ ਕੰਬ ਗਿਆ ਚਿਹਰੇ ਦਾ ਤਾਂਬੇ ਵਰਗਾ ਰੰਗ ਪੀਲਾ ਪੈ ਗਿਆ ਤੇ ਫੇਰ ਇੱਕਦਮ ਬੱਗਾ ਪੂਣੀ ਵਰਗਾ ਮੈਨੂੰ ਤੁਰਨ ਵਾਸਤੇ ਇਸ਼ਾਰਾ ਕੀਤਾ ਬੋਲ ਨਹੀਂ ਨਿਕਲਿਆ ਉਹਦਾ ਬੰਦਿਆਂ ਤੋਂ ਵੱਖ ਹੋ ਕੇ ਅਸੀਂ ਰਾਹ ਵਿੱਚ ਆ ਗਏ ਉਹਨੇ ਆਪਣਾ ਟੈਂਚੀ ਧਰਤੀ ਉੱਤੇ ਰੱਖ ਦਿੱਤਾ ਤੇ ਟੈਂਚੀ ਵੱਲ ਏਵੇਂ ਵੇਖਣ ਲੱਗਾ ਜਿਵੇਂ ਖੋਲਣਾ ਚਾਹੁੰਦਾ ਹੋਵੇ ਖੋਲਣ ਦਾ ਵਿਚਾਰ ਛੱਡ ਕੇ ਉਹ ਆਪਣੇ ਚਿਹਰੇ ਉੱਤੇ ਹੱਥ ਫੇਰਨ ਲੱਗਿਆ ਉਂਗਲਾਂ ਦੇ ਪੋਟਿਆਂ ਨਾਲ ਟੋਣ ਲੱਗਾ ਜਿਵੇਂ ਚਿਹਰੇ ਦਾ ਬਦਲਿਆ ਰੰਗ ਪੋਟਿਆਂ ਨਾਲ ਵੇਖ ਰਿਹਾ ਹੋਵੇ ਫਿਰ ਇੱਕਦਮ ਮੂੰਹ ਦੂਜੇ ਪਾਸੇ ਕਰਕੇ ਬੈਠ ਗਿਆ ਉਸ ਨੂੰ ਉਲਟੀ ਆ ਗਈ ਸਹਾਰਾ ਦੇਣ ਵਾਸਤੇ ਮੈਂ ਉਹਦੇ ਮੋਢੇ ਫੜ ਲਏ ਉਹਨੇ ਤਿੰਨ ਵਾਰ ਉਲਟੀ ਕੀਤੀ ਰਾਹ ਦੇ ਦੂਜੇ ਪਾਸੇ ਪੱਕਾ ਖਾਲਾ ਪਾਣੀ ਦਾ ਭਰਿਆ ਹੋਇਆ ਸੀ ਸਹਾਰਾ ਦੇ ਕੇ ਉਹਨੂੰ ਉੱਥੇ ਬਿਠਾ ਦਿੱਤਾ ਕੁਰਲੀ ਕੀਤੀ ਰੁਮਾਲ ਨਾਲ ਮੂੰਹ ਪੂੰਝਿਆ ਤੇ ਮੈਥੋਂ ਮਾਫੀ ਮੰਗੀ ਮੈਨੂੰ ਅਫਸੋਸ ਹੋਇਆ ਮੈਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਮਾਫੀ ਚਾਹੁੰਦਾ ਹਾਂ ਬੰਦੇ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ ਅੜਕੜਕ ਕੇ ਬੋਲਿਆ ਮੇਰੀ ਮਾਂ ਨੂੰ ਜਦ ਪਤਾ ਲੱਗਿਆ ਉਹ ਪਰਦੇਸੀ ਹੈ ਆਪਣੇ ਪਰਿਵਾਰ ਤੇ ਦੇਸ਼ ਤੋਂ ਦੂਰ ਹੈ ਉਹਨੇ ਦਾਨੀ ਦਾ ਬਹੁਤ ਆਦਰ ਕੀਤਾ ਮੂੰਹ ਹੱਥ ਧੋਣ ਵਾਸਤੇ ਪਾਣੀ ਗਰਮ ਕਰਕੇ ਦਿੱਤਾ ਚਾਹ ਬਣਾ ਕੇ ਦਿੱਤੀ ਤੇ ਉਸ ਤੋਂ ਉਸਦੇ ਦੇਸ਼ ਬਾਰੇ ਗੱਲਾਂ ਪੁੱਛਦੀ ਰਹੀ ਪਰ ਦਾਨੀ ਖੁੱਲ ਨਹੀਂ ਸੀ ਰਿਹਾ ਉਹਦਾ ਚਿੱਤ ਖੁਸ਼ ਕਰਨ ਵਾਸਤੇ ਮੈਂ ਉਹਨੂੰ ਚਾਚੇ ਦੇ ਘਰ ਲੈ ਗਿਆ ਚਾਚੇ ਦੇ ਪੁੱਤਰ ਨੇ ਵਿਸਕੀ ਪਿਆਈ ਮੁਰਗੇ ਬਣਵਾਏ ਪਰ ਦਾਨੀ ਪਿਛਕਿਆ ਹੀ ਰਿਹਾ ਜੋ ਉਹਨੂੰ ਪੁੱਛਿਆ ਜਾਂਦਾ ਸੰਖੇਪ ਵਿੱਚ ਦੱਸ ਦਿੰਦਾ ਜੋ ਉਹਨੂੰ ਦੱਸਿਆ ਜਾਂਦਾ ਸੁਣ ਲੈਂਦਾ ਆਪ ਕੋਈ ਨਾ ਪੁੱਛਦਾ ਪੁੱਛਣ ਤੇ ਜਾਣਨ ਦਾ ਉਹਦਾ ਉਤਸ਼ਾਹ ਓਕਾ ਮਰ ਗਿਆ ਸੀ ਰੋਟੀ ਵੀ ਉਹਨੇ ਥੋੜੀ ਕੋ ਖਾਧੀ ਉਹਦੀ ਚੁੱਪ ਨੇ ਆਪਣੇ ਲੋਕਾਂ ਦੇ ਲੋਕਾਂ ਦੀ ਮਹਿਮਾਨ ਨਵਾਜ਼ੀ ਦੀ ਸਿਹਤ ਕਰਨ ਦਾ ਮੌਕਾ ਵੀ ਮੇਰੇ ਹੱਥੋਂ ਖੋ ਲਿਆ ਮੈਂ ਤਾਂ ਦੱਸਣਾ ਚਾਹੁੰਦਾ ਸਾਂ ਕਿ ਬਿਨਾ ਬੁਲਾਏ ਮਹਿਮਾਨ ਦਾ ਵੀ ਕਿੰਨਾ ਸਵਾਗਤ ਹੁੰਦਾ ਹੈ ਸਾਡੇ ਘਰਾਂ ਵਿੱਚ ਉਹਦਾ ਬਿਸਤਰਾ ਚੁਬਾਰੇ ਵਿੱਚ ਕਰ ਦਿੱਤਾ ਉੱਤੇ ਰੋਸ਼ਨੀ ਦਾ ਚੰਗਾ ਪ੍ਰਬੰਧ ਸੀ ਟਿਊਬ ਸੀ ਟੇਬਲ ਲੈਂਪ ਵੀ ਸੀ ਉਹਨੂੰ ਪੜਨ ਵਾਸਤੇ ਸੌਖ ਰਹਿਣੀ ਸੀ ਉਹਨੇ ਮੈਨੂੰ ਵੀ ਉੱਥੇ ਹੀ ਸੌਣ ਵਾਸਤੇ ਕਿਹਾ ਸੌਣ ਤੋਂ ਪਹਿਲਾਂ ਉਹਨੇ ਕੋਈ ਗੱਲ ਨਾ ਕੀਤੀ ਚੁੱਪ ਚਾਪ ਰਜਾਈ ਤਾਣ ਕੇ ਪੈ ਗਿਆ ਅੱਧੀ ਕੋ ਰਾਤ ਹੋਵੇਗੀ ਉਹਦੀ ਆਵਾਜ਼ ਸੁਣ ਕੇ ਮੇਰੀ ਨੀਂਦ ਖੁੱਲ ਗਈ ਰਜਾਈ ਦੀ ਛੀਤ ਵਿੱਚੋਂ ਛੀਤ ਵਿੱਚੋਂ ਵੇਖਿਆ ਦਾਨੀ ਨੇ ਸਾਰੀਆਂ ਬੱਤੀਆਂ ਜਗਾ ਰੱਖੀਆਂ ਸਨ ਮੰਜੇ ਉੱਤੇ ਬੈਠਾ ਫ੍ਰੈਂਚ ਵਿੱਚ ਗੱਲਾਂ ਕਰ ਰਿਹਾ ਸੀ ਜਿਤਨੀ ਕੋ ਮੈਂ ਸਮਝ ਸਕਿਆ 35 ਸਾਲਾਂ ਬਾਅਦ ਵੀ ਉਹ ਕੰਮ ਪੁੰਨ ਦਾ ਲੱਗਦਾ ਸੀ 35 ਸਾਲਾਂ ਬਾਅਦ ਪੁੰਨ ਤੌਬਾ ਤੌਬਾ ਮੇਰੀ ਬੱਚੀ 3 ਮਹੀਨੇ ਦੀ ਹੈ ਦੁੱਧ ਪੀਂਦੀ ਬੱਚੀ ਛੋਟੀ ਬੱਚੀ ਫੇਰ ਉਹ ਮੰਜੇ ਉੱਤੇ ਡੈਗ ਪਿਆ ਤੇ ਇਓਂ ਵਲਵਲੇ ਜਿਹੇ ਖਾਨ ਲੱਗ ਪਿਆ ਜਿਵੇਂ ਸੱਪ ਵਿਸ਼ਖ ਹੋਲਦਾ ਹੋਵੇ ਕਦੇ ਇੱਕ ਪਾਸੇ ਦੀ ਬਾਹੀ ਨਾਲ ਵੱਜਦਾ ਕਦੇ ਦੂਜੇ ਨਾਲ ਮੂੰਹ ਵਿੱਚ ਇਉਂ ਆਵਾਜ਼ ਆ ਰਹੀ ਸੀ ਜਿਵੇਂ ਦੰਦ ਪੀਰਿਆ ਹੋਵੇ ਮੰਜੇ ਦੀਆਂ ਚੂਲਾਂ ਜਰਕ ਰਹੀਆਂ ਸਨ ਜਿਵੇਂ ਕੋਈ ਉੱਤੇ ਘੁੱਲ ਰਿਹਾ ਹੋਵੇ ਮੈਂ ਡਰ ਗਿਆ ਜਾ ਕੇ ਹੌਸਲਾ ਕਰਕੇ ਆਵਾਜ਼ ਦਿੱਤੀ ਉਹ ਛਾਲ ਮਾਰ ਕੇ ਫਰਸ਼ ਉੱਤੇ ਖੜਾ ਹੋ ਗਿਆ ਫਰਨ ਫਰਨ ਕੰਬ ਰਿਹਾ ਸੀ ਚਿਹਰਾ ਪੂਣੀ ਵਾਂਗ ਬੱਗਾ ਉਹਨੇ ਕੰਨਛ ਤੋਂ ਸੀਸਾ ਚੁੱਕਿਆ ਤੇ ਇੱਕ ਹੱਥ ਵਿੱਚ ਫੜ ਕੇ ਵੇਖਣ ਲੱਗ ਪਿਆ ਦੂਜਾ ਹੱਥ ਉਹ ਗਰਦਨ ਉੱਤੇ ਫੇਰ ਰਿਹਾ ਸੀ ਦਾਨੀ ਕੀ ਗੱਲ ਹੈ ਮੇਰਾ ਦਿਲ ਸ਼ੀਸ਼ਾ ਦੇਖਣ ਨੂੰ ਕਰਦਾ ਸੀ ਮੇਰੀ ਬੇਬੀ 3 ਮਹੀਨੇ ਦੀ ਹੈ ਸਮਝ ਨਹੀਂ ਆਈ ਮੈਨੂੰ ਸ਼ੀਸ਼ੇ ਦੀ ਸਮਝ ਨਹੀਂ ਆਈ ਮੈਨੂੰ ਵੀ ਨਹੀਂ ਆਈ ਪਰ ਹਰ ਵਾਰ ਮੇਰਾ ਦਿਲ ਸ਼ੀਸ਼ਾ ਵੇਖਣ ਨੂੰ ਕਰਦਾ ਹੈ ਨਹੀਂ ਤਾਂ ਮੈਂ ਠੀਕ ਨਹੀਂ ਰਹਿੰਦਾ ਬਿਮਾਰ ਮਹਿਸੂਸ ਕਰਦਾ ਹਾਂ ਮੈਨੂੰ ਬਹੁਤ ਅਫਸੋਸ ਹੈ ਡਿਸਟਰਬ ਕੀਤਾ ਮਜਬੂਰ ਹਾਂ ਮੈਂ ਹੁਣੇ ਵਾਰ-ਵਾਰ ਮਾਫੀ ਮੰਗੀ ਮੈਂ ਵਾਰ-ਵਾਰ ਸ਼ੀਸ਼ਾ ਵੇਖਣ ਬਾਰੇ ਪੁੱਛਿਆ ਪਰ ਉਹਨੂੰ ਆਪ ਪਤਾ ਨਹੀਂ ਸੀ ਇਸ ਤਰ੍ਹਾਂ ਦੀ ਹਾਲਤ ਵਿੱਚ ਉਹ ਸ਼ੀਸ਼ਾ ਕਿਉਂ ਵੇਖਣਾ ਚਾਹੁੰਦਾ ਹੈ ਫੇਰ ਪੁੱਛਣ ਲੱਗਾ ਉਹ ਆਦਮੀ ਕੇਰੂ ਜਿਸ ਕਾਫਲੇ ਦੀ ਗੱਲ ਸੁਣਾ ਰਿਹਾ ਸੀ ਤੁਹਾਡੀ ਕਹਾਣੀ ਹਵਾ ਵਿੱਚ ਉਸੇ ਕਾਫਲੇ ਦਾ ਜ਼ਿਕਰ ਹੈ ਮੈਂ ਦੱਸਿਆ ਉਹੀ ਕਾਫਲਾ ਸੀ ਆਪ ਜੀ ਨੇ ਬੱਚਿਆਂ ਵਾਲੀ ਘਟਨਾ ਕਿਉਂ ਨਾ ਲਿਖੀ ਇਸ ਸਵਾਲ ਦੀ ਮੈਨੂੰ ਓਕਾਸ ਨਹੀਂ ਸੀ ਦੱਸਣ ਨੂੰ ਬਹੁਤ ਦਲੀਲਾਂ ਦੇ ਸਕਦਾ ਸਾਂ ਪਰ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਿਹਾ ਹੋਵੇ ਤੁਸੀਂ ਸਿਰਫ ਉਸਤਤ ਹੀ ਲਿਖ ਸਕਦੇ ਹੋ ਆਪਣੇ ਲੋਕਾਂ ਦੀ ਮੈਂ ਇਤਨਾ ਹੀ ਕਹਿ ਦਿੱਤਾ ਧਿਆਨ ਨਹੀਂ ਰਿਹਾ ਸਵੇਰੇ 6:00 ਸਵਾ 6 ਵਜੇ ਵਾਲੀ ਬੱਸ ਫੜ ਕੇ ਦਿੱਲੀ ਮੁੜ ਗਿਆ ਮੇਰੇ ਬਹੁਤ ਜ਼ੋਰ ਦੇਣ ਤੇ ਵੀ ਨਾ ਰੁਕਿਆ ਧੰਨਵਾਦ